ਤੇ ਮਿੱਤਰੋ ਸਪਾਲ ਖੁਰਦ ਪਹੁੰਚੇ ਆਪਾਂ ਜ਼ਿਲ੍ਹਾ ਬਰਨਾਲਾ ਪੈਂਦਾ ਤੇ ਆਹ ਬਾਈਆਂ ਦਾ ਫਾਰਮ ਆ ਘੋੜਿਆਂ ਵਾਲਾ ਸਪਾਲ ਖੁਰਦ ਪਿੰਡ ਬਾਈਆਂ ਦੇ ਸਟੱਡ ਫਾਰਮ ਚ ਅਸਪਾਲ ਸਟੱਡ ਫਾਰਮ ਵੱਡਾ ਕਰਦਾ ਹੈ ਤੇ ਬਈ ਕਿਹੜੀ ਨਸਲ ਹੈ ਇਹ ਇਹ ਪਾਕਿਸਤਾਨੀ ਬੁਲੀ ਹੈ ਪਾਕਿਸਤਾਨੀ ਬੁਲੀ ਹੈਗਾ ਤੇ ਆਪਣੇ ਕੋਲੇ ਦਾੜੀ ਦੇਖੋ ਮਿੱਤਰੋ ਧਿਆਨ ਨਾਲ ਕਿੰਨੀ ਜੱਚਦੀ ਹੈ ਤੇ ਮਿੱਤਰੋ ਸਪਾਲ ਖੁਰਦ ਪਹੁੰਚੇ ਆਪਾਂ ਜ਼ਿਲ੍ਹਾ ਬਰਨਾਲਾ ਪੈਂਦਾ ਤੇ ਆਹ ਬਾਈਆਂ ਦਾ ਫਾਰਮ ਆ ਘੋੜਿਆਂ ਵਾਲਾ ਤੁਹਾਨੂੰ ਦਿਖਾ ਦਿੰਦੇ ਸਾਰਾ ਬਹੁਤ ਸਾਰੀਆਂ ਵਰਾਇਟੀਆਂ ਬਾਈਆਂ ਨੇ ਰੱਖਿਆ ਹੋਇਆ ਬਾਕੀ ਅੱਗੇ ਇੰਟਰਵਿਊ 'ਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਦਿਖਾਵਾਂਗੇ ਵੀ ਤੇ ਇੱਕ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਫਾਰਮ 'ਤੇ ਨਿਗਾਹ ਮਾਰੋ ਬਹੁਤ ਵਧੀਆ ਬਣਾਇਆ ਹੋਇਆ ਬਾਈਆਂ ਨੇ ਦੇਖੋ ਬੂਟੇ ਬਾਟੇ ਲਾ ਕੇ ਐਨ ਪੂਰਾ ਕੁਰਸੀਆਂ ਕਰਸੀਆਂ ਧਰੀਆਂ ਹੋਈਆਂ ਨੇ ਅਤੇ ਆਹ ਬਾਈ ਘੋੜਾ ਜਿਹੜਾ ਬਾਈਆਂ ਕੋਲ ਇਹਦੇ ਬਾਰੇ ਵੀ ਅੱਗੇ ਤੁਹਾਨੂੰ ਡਿਟੇਲ 'ਚ ਦੱਸਾਂਗੇ ਦਿਖਾਵਾਂਗੇ ਸਵਾਰੀ ਸੂਰੀ ਵੀ ਕਰਕੇ ਅਤੇ ਆਹ ਬਾਈਆਂ ਦਾ ਬੋਰਡ ਲੱਗਿਆ ਹੋਇਆ ਇੱਧਰ ਬੋਰਡ ਦੇ ਉੱਤੇ ਨੰਬਰ ਵੀ ਲਿਖਿਆ ਹੋਇਆ ਅਤੇ ਹੋਰ ਜਾਣਕਾਰੀ ਲਈ ਆ ਨੰਬਰ 'ਤੇ ਸੰਪਰਕ ਕਰ ਲਿਓ ਅਸਪਾਲ ਸਟੱਡ ਫਾਰਮ ਨਾਮ ਬਾਈ ਦਾ ਹਾਂਜੀ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਪਾਂ ਵੀ ਚੜ੍ਹਦੀ ਕਲਾ 'ਚ ਅਤੇ ਅੱਜ ਆਪਾਂ ਆਏ ਹੋਏ ਹਾਂ ਅਸਪਾਲ ਖੁਰਦ ਪਿੰਡ ਬਾਈਆਂ ਦੇ ਸਟੱਡ ਫਾਰਮ 'ਚ ਅਸਪਾਲ ਸਟੱਡ ਫਾਰਮ ਅਤੇ ਬਾਈਆਂ ਨਾਲ ਕਰਦੇ ਹਾਂ ਗੱਲਬਾਤ ਘੋੜੇ ਘੋੜੇ ਪੁੱਛਦੇ ਹਾਂ ਬਾਈਆਂ ਕੋਲ ਵਾਹਵਾ ਸਮਾਨ ਰੱਖਿਆ ਹੋਇਆ ਵੀ ਘੋੜੇ ਕਿਹੜੀ ਕਿਹੜੀ ਲੈਂਦੇ ਆ ਇਹਨਾਂ ਕੋਲ ਅਤੇ ਹਾਂਜੀ ਬਾਈ ਕੀ ਹਾਲ ਆ ਵਧੀਆ ਵਧੀਆ ਬਾਈ ਤੁਸੀਂ ਠੀਕ ਹੈ ਜੀ ਅਤੇ ਪਿੰਡ ਤੁਸੀਂ ਵੀ ਦੱਸ ਦਿਓ ਆਪਦਾ ਕਿਹੜਾ ਪਿੰਡ ਬਾਈ ਆਪਣਾ ਸਪਾਲ ਖੁਰਦ ਜ਼ਿਲ੍ਹਾ ਬਰਨਾਲਾ ਹਾਂਜੀ ਅਤੇ ਨੰਬਰ ਦੱਸ ਦਿਓ ਕੋਈ ਕੰਟੈਕਟ ਨੰਬਰ ਬਾਈ 97-8-5148 ਠੀਕ ਹੈ ਅਤੇ ਇੱਕ ਆਪਣੇ ਫਾਰਮ ਦਾ ਨਾਮ ਵੀ ਦੱਸ ਦਿਓ ਫਾਰਮ ਦਾ ਨਾਮ ਹੈਗਾ ਬਾਈ ਆਪਣੇ ਅਸਪਾਲ ਸਟੱਡ ਫਾਰਮ ਠੀਕ ਹੈ ਅਤੇ ਸਾਰਿਆਂ ਨੂੰ ਪਹਿਲਾਂ ਬਾਈ ਇਹ ਗੱਲ ਦੱਸੋ ਆਪਣਾ ਫਾਰਮ ਸ਼ੁਰੂ ਕਿਹੜੀ ਚੀਜ਼ ਤੋਂ ਕਰਿਆ ਸੀ ਪਹਿਲਾਂ ਸ਼ੁਰੂ ਬਾਈ ਆਪਣਾ ਇੱਕ ਪਹਿਲਾਂ ਘੋੜੀ ਆਈ ਸੀ ਡੇ ਜੀ ਸਾਰਿਆਂ ਨੂੰ ਪਹਿਲਾਂ ਠੀਕ ਹੈ ਇੱਕ ਘੋੜਾ ਸੀ ਬਾਈ ਘੋੜੇ ਦਾ ਨਾਮ ਹੈਗਾ ਐਟਲਸ ਠੀਕ ਹੈ ਹਾਂ ਬਾਈ ਪਹਿਲਾਂ ਆਪਣੇ ਰੱਖੇ ਹੁੰਦੇ ਸੀ ਬਗਰਾੜੀ ਇਹ ਜਾਨਵਰ ਠੀਕ ਹੈ ਉਦੋਂ ਬਾਅਦ 'ਚ ਫਿਰ ਆਪਾਂ ਉਹਦੇ ਫਾਰਮ ਪਾਲਿਆ ਠੀਕ ਹੈ ਹਾਂ ਅਤੇ ਉਹ ਹੁਣ ਹੈਗੇ ਇਸ ਵਕਤ ਤੁਹਾਡੇ ਕੋਲ ਹੈਗੇ ਨੇ ਠੀਕ ਆ ਉਹ ਦਿਖਾਵਾਂਗੇ ਮਿੱਤਰੋ ਤੁਹਾਨੂੰ ਅਤੇ ਬਾਈਆਂ ਨਾਲ ਪਹਿਲਾਂ ਗੱਲਬਾਤ ਕਰਾਂਗੇ ਅਤੇ ਸਾਰੇ ਜਾਨਵਰ ਦੱਸ ਦਿਓ ਤੁਹਾਡੇ ਕੋਲ ਕੀ ਕੁਝ ਰੱਖਿਆ ਵਾ ਜਾਨਵਰ ਬਾਈ ਆਪਣੇ ਕੁੱਤੇ ਖਰਗੋਸ਼ ਚਕੋਰਾਂ ਮੁਰਗੇ ਨੇ ਗੇ ਘੋੜੇ ਹੋ ਗਏ ਬਾਈ ਘੋੜਾ ਪਾਲ ਕੇ ਵੀਰਾਂ ਲਈ ਖੁਸ਼ੀ ਦੀ ਖਬਰ ਇਹ ਹੈਗੀ ਵੀ ਆਪਣੇ ਨੇੜੇ ਤੇੜੇ ਕੋਈ ਚੰਗਾ ਘੋੜਾ ਆਪਾਂ ਨੂੰ ਮਿਲਦਾ ਨਹੀਂ ਹੈਗਾ ਇਹ ਏਰੀਏ 'ਚ ਅਤੇ ਅਸਪਾਲ ਖੁਰਦ ਪਿੰਡਾਂ ਬਾਈਆਂ ਦਾ ਅਤੇ ਜ਼ਿਲ੍ਹਾ ਆਪਣਾ ਬਰਨਾਲਾ ਗਾ ਇੱਥੇ ਬਾਈਆਂ ਕੋਲ ਬਹੁਤ ਹੀ ਚੰਗਾ ਘੋੜਾ ਮਾਰਵਾੜੀ ਘੋੜਾ ਮਿਲ ਨੀ ਰਿਹਾ ਤੇ ਆਪਣੇ ਏਰੀਆ ਥੋੜੇ ਜਿਆਦਾ ਦਿੱਕਤਾਂ ਹੋਰ ਬਾਰੇ ਤਾਂ ਆਪਾਂ ਨੂੰ ਪਤਾ ਨੀ ਹੋਣਗੇ ਉਧਰ ਤਾਂ ਚੱਲਦਾ ਕੰਮ ਇਹ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਘੋੜਾ ਵੀ ਦਿਖਾਵਾਂਗੇ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਵੀਰੇ ਆਪਣੇ ਘੋੜੇ ਦੀ ਉਮਰ ਕਿੰਨੀ ਘੋੜੇ ਦੀ ਉਮਰ ਹੈਗੀ ਆ ਵੀ 5 ਸਾਲ ਬਾਕੀ ਤਾਂ ਵੀਡੀਓ ਚ ਦਿਖਾ ਦਾਂਗੇ ਨਿਸ਼ਾਨੀਆਂ ਦੱਸ ਦੋ ਆਪਣੇ ਕਿਵੇਂ ਆ ਵੀ ਜੈੱਡ ਬਲੈਕ ਹੈ ਘੋੜਾ ਹਾਂ ਜੈੱਡ ਬਲੈਕ ਮੱਥੇ ਤੇ ਫੁੱਲ ਆ ਥੋੜਾ ਜਿਹਾ ਮੱਥੇ ਤੇ ਫੁੱਲ ਆ ਤੇ ਬਾਕੀ ਜੈੱਡ ਬਲੈਕ ਆ ਕੱਦ ਕਿਵੇਂ ਦੱਸਿਆ ਜੀ ਬਾਈ ਕੱਦ ਬਈ 64 ਇੰਚ 64 ਇੰਚਾਂ ਮਿੱਤਰੋ ਤੇ ਵੀਰੇ ਜਿੰਨਾ ਬਾਈ ਨੇ ਕੱਦ ਦੱਸਿਆ ਗਾ ਇੰਨਾ ਹੀ ਆ ਵਿੱਚ ਲੋਕ ਝੂਠ ਬੋਲ ਦਿੰਦੇ ਆ ਤੇ ਫੱਟੀ ਵਾਲਾ 64 ਇੰਚ ਪੂਰਾ ਕੱਦ ਹੈਗਾ ਤੇ ਅਸੀਂ ਵੀ ਕੋਲੇ ਖੜੇ ਹਾਂ ਅਸੀਂ ਸਾਰਾ ਕੁਝ ਦੇਖਿਆ ਘੋੜੇ ਦਾ ਤੇ ਕੋਈ ਝੂਠ ਤਫਾੜ ਨਹੀਂ ਹੈਗਾ ਜਿੰਨਾ ਬਾਈ ਨੇ ਕਿਹਾ ਉਨਾ ਕੱਦ ਘੋੜੇ ਦਾ ਹੈਗਾ ਹਾਂ ਜੇ ਤਾਂ ਸਵਾਪ ਬਣੇ ਤੁਹਾਨੂੰ ਰਾਈਡ ਵੀ ਦਿਖਾਵਾਂਗੇ ਮਾੜੀ ਮੋਟੀ ਤੇ ਆਪਣੇ ਤੁਹਾਨੂੰ ਘੋੜੇ ਕੋਲ ਲੈ ਕੇ ਦਿਖਾਵਾਂਗੇ ਸਾਰਾ ਵੀ ਕਿਵੇਂ ਬਣਦਾ ਸਾਡਾ ਚੰਗਾ ਘੋੜਾ ਤੇ ਵੀਰੇ ਆਪਣੇ ਦਰਸ਼ਕਾਂ ਨੂੰ ਫੀਸ ਵੀ ਦੱਸ ਦਿਓ ਕਿੰਨੀ ਫੀਸ ਰੱਖੀ ਫੀਸ ਬਾਈ 11,000 ਫੀਸ ਰੱਖੀ ਮਿੱਤਰੋ ਤੇ ਬਾਕੀ ਆਓ ਪਹੁੰਚੋ ਇੱਥੇ ਤੇ ਬਾਕੀ ਦਾ ਮਾਨ ਤਾਨ ਮੌਕੇ ਤੇ ਬਾਈ ਹੋਰ ਕਰ ਦੇਣਗੇ ਤੇ ਬਾਕੀ ਘੋੜੀਆਂ ਵੀ ਰੱਖੀਆਂ ਕਈ ਘੋੜੀਆਂ ਨੇ ਬਾਈਆਂ ਕੋਲ ਕਿਹੜੀ ਕਿਹੜੀ ਲੈਣ ਦੀਆਂ ਨੇ ਕਿਹੋ ਜਿਹੀਆਂ ਨੇ ਤੇ ਸੇਲ ਵਾਲੇ ਜਾਨਵਰ ਵੀ ਹੈਗੇ ਨੇ ਸੇਲ ਵਾਲੇ ਵੀ ਹੈਗੇ ਨੇ ਸੇਲ ਵਾਲੇ ਜਾਨਵਰ ਵੀ ਬਾਈਆਂ ਕੋਲ ਹੈਗੇ ਨੇ ਤੇ ਕਿਸੇ ਨੇ ਲੈਣਾ ਹੋਵੇ ਤਾਂ ਸਾਰਾ ਆਪਾਂ ਵੀਡੀਓ 'ਚ ਦਿਖਾਵਾਂਗੇ ਇਕੱਲਾ ਇਕੱਲਾ ਜਾਨਵਰ ਤੇ ਹੋਰ ਜਾਨਵਰ ਹੋਰ ਕਿਹੜੇ ਕਿਹੜੇ ਨੇ ਆਪਣੇ ਕੋਲ ਹੋਰ ਬਾਈ ਕੁੱਤੇ ਰੱਖੇ ਹੋਏ ਨੇ ਕੁੱਤੇ ਕਿਹੜੀ ਕਿਹੜੀ ਨਸਲ ਕੁੱਤੇ ਜਰਮਨ ਬਾਈ ਅੱਛਾ ਤੇ ਕਾ ਹੋ ਗਿਆ ਆਪਣਾ ਤੇ ਕੁੱਤਿਆਂ ਦੇ ਵੀ ਤੁਸੀਂ ਬਰੀਡਿੰਗ ਦੇ ਕੰਮ ਕਰਦੇ ਹੋ ਬਾਈ ਹਾਂ ਬਾਈ ਕੁੱਤਿਆਂ ਦੇ ਵੀ ਕਰਦੇ ਜੇ ਆਪਾਂ ਨੂੰ ਇਹਨਾਂ ਦੇ ਕੋਈ ਬੱਚੇ ਬੁੱਚੇ ਚਾਹੀਦੇ ਹੋਵੇ ਅੱਗੇ ਦੇ ਦਿੰਦੇ ਹਾਂ ਹਾਂ ਮਿਲ ਜਾਣਗੇ
ਇੱਕ ਵਾਰ ਵੀਡੀਓ 'ਚ ਆਪਣਾ ਨੰਬਰ ਬੋਲ ਦਿਓ ਬਾਈ, ਆਪਣਾ ਬੋਲ ਦਿਓ ਅਤੇ ਇੱਕ ਆਪਣੇ ਤਾਇਆ ਜੀ ਹੋਰ ਦਾ ਨੰਬਰ ਹੈਗਾ ਬਈ 97 8 1 54 48। ਅਤੇ ਇੱਕ ਵਾਰ ਹੋਰ ਬੋਲ ਦਿਓ ਜੀ 97 8 1 54 48। ਠੀਕ ਹੈ, ਅਤੇ ਇੱਕ ਬਾਈ ਹੋਰ ਕੁੱਤਾ ਦੇਖਿਆ ਸੀ ਮੈਂ, ਵਾਹ ਵੱਡਾ ਹਰਾ, ਉਹ ਕੀ ਕੀ ਨਸਲ ਉਹਦੀ? ਉਹ ਬਈ ਪਾਕਿਸਤਾਨੀ ਬੁਲੀ। ਅੱਛਾ, ਪਾਕਿਸਤਾਨੀ ਬੁਲੀ ਆ, ਉਹਦਾ ਵੀ ਕੋਈ ਗਾਹਾਂ ਲੈਣ ਦੇਣ ਕਰ ਤੁਸੀਂ? ਨਾ ਨਾ ਬਈ, ਉਹ ਤਾਂ ਉਹ ਰੱਖਿਆ। ਠੀਕ ਹੈ, ਉਹ ਤਾਂ ਸ਼ਰਾਬ ਰੱਖਿਆ ਹੋਇਆ। ਅਤੇ ਬਹੁਤ ਵੱਡਾ ਕੁੱਤਾ ਮਿੱਤਰੋ, ਤੁਹਾਨੂੰ ਅੱਗੇ ਵੀਡੀਓ 'ਚ ਦਿਖਾਵਾਂਗੇ, ਸਾਰੇ ਜਾਣਕਾਰੀ ਦਿਖਾਵਾਂ ਬਾਈਆਂ ਕੋਲ ਜਿੰਨੇ ਵੀ ਰੱਖੇ ਹੋਏ ਨੇ। ਥੋੜਾ ਢਿੱਲਾ ਲੱਗ ਰਿਹਾ ਬਾਈ, ਉਹ ਬਿਮਾਰ ਬਿਮੂਰ ਕਿਵੇਂ ਕੀ? ਬਿਮਾਰ ਬਾਈ, ਉਵੇਂ ਲਿੱਸਾ ਥੋੜਾ ਜਿਹਾ। ਅੱਛਾ ਠੀਕ ਹੈ, ਲਿੱਸਾ ਥੋੜਾ ਜਿਹਾ। ਤੇ ਆਹ ਨਸਲ ਵੀਰੇ ਲੈਬਰੀ ਹੈਗੀ? ਹਾਂ ਜੀ, ਲੈਬਰੀ। ਤੇ ਇਹ ਮੈਨੂੰ ਜਿੱਥੇ ਤੱਕ ਲੱਗ ਰਿਹਾ ਵੀ ਸੂਣ ਵਾਲੀ ਹੈਗੀ? ਨਾ 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 ਨਾ, ਪ੍ਰੈਗਨੈਂਟ ਨਹੀਂ ਹੈਗੀ? ਨਾ, ਉਹ ਮੋਟੀ ਹੈ। ਠੀਕ ਹੈ ਜੀ, ਉਹ ਮੋਟੀ ਹੈ ਨਾ। ਠੀਕ ਹੈ, ਤੇ ਆ ਜਾਓ ਮਿੱਤਰੋ, ਹੁਣ ਤੁਹਾਨੂੰ ਘੋੜੀਆਂ ਦਿਖਾ ਦਿੰਦੇ ਬਾਈਆਂ ਨੇ ਸਾਰੀਆਂ, ਵੀਡੀਓ ਨੂੰ ਐਂਡ ਤੱਕ ਬਣੇ ਰਹੋ, ਤੇ ਇਕੱਲਾ ਇਕੱਲਾ ਜਾਨਵਰ ਦਿਖਾਵਾਂਗੇ ਤੇ ਘੋੜੇ ਦੀ ਰਾਈਡ ਵੀ ਲੈ ਕੇ ਦੇਖਾਂਗੇ। ਤੇ ਮਿੱਤਰੋ, ਬਾਈਆਂ ਦੀ ਪਹਿਲੀ ਘੋੜੀ ਕੋਲੇ ਪਹੁੰਚੇ ਆਪਾਂ, ਜਿਵੇਂ ਕਹਿ ਸਕਦੇ ਹਾਂ ਆਪਾਂ ਫਾਰਮ ਦੀ ਮੁੱਢ ਘੋੜੀ ਆ ਬਾਈਆਂ ਨੇ, ਜਿਹਦੇ ਤੋਂ ਕੰਮ ਸ਼ੁਰੂ ਹੋਇਆ ਸਭ ਤੋਂ ਪਹਿਲਾਂ, ਇਹੀ ਘੋੜੀ ਸੀ ਬਾਈਆਂ ਕੋਲੇ, ਤੇ ਇਹਦੇ ਬਾਰੇ ਪੁੱਛਦੇ ਆ ਬਾਈਆਂ ਨੂੰ। ਹਾਂਜੀ ਬਾਈ ਜੀ, ਇਹਦੇ ਬਾਰੇ ਦੱਸੋ ਜੀ, ਕਿੰਨਾ ਕੱਦ ਹੈ ਜੀ ਇਹਦਾ? ਇਹਦਾ ਕੱਦ ਹੈਗਾ ਬਈ 60 ਇੰਚ। ਠੀਕ ਹੈ ਜੀ, ਮਾੜਾ ਜਿਹਾ ਹੁਣ ਮੂੰਹ ਇੱਧਰ ਨੂੰ ਕਰਾ ਲਓ ਜੀ ਇਹਦਾ। ਤੇ 60 ਇੰਚ ਕੱਦ ਆ, ਤੇ ਉਮਰ ਕਿੰਨੀ ਆ ਵੀਰੇ ਇਹਦੀ? ਉਮਰ ਇਹਦੀ ਹੋ ਬਈ 9 ਸਾਲ। ਠੀਕ ਹੈ ਜੀ, ਆਪਣਾ ਪਹਿਲਾਂ ਘੋੜੀ ਇਹੀ ਸੀ ਸਾਰਿਆਂ ਨੂੰ ਪਹਿਲਾਂ? ਹਾਂ ਬਈ, ਇਹੀ ਸਾਰਿਆਂ ਨੂੰ। ਤੇ ਕਿੰਨੇ ਸੂਏ ਦੇਤੇ ਵੀਰੇ ਆਪਣੇ ਕੋਲੇ ਨੇ? ਇਹਨੇ ਸੂਏ ਦੇਤੇ ਹੋਣਗੇ ਬਈ 4-5। ਅੱਛਾ, ਤੇ ਆਪਣਾ ਰਿਜ਼ਲਟ ਕਿਹਾ ਜੇ ਬੱਚੇ ਲਾ ਰਹੀ ਹੈ ਵੀਰੇ? ਰਿਜ਼ਲਟ ਬਈ ਵਧੀਆ, ਨੌਕਰੇ ਬਸੇਰੇ ਬਸੇਰੇ ਹੁੰਦੇ ਆ ਵਧੀਆ। ਅੱਛਾ, ਜਮਾ ਸਪੋਟਲੈਸ? ਹਾਂ ਹਾਂ ਬਈ। ਠੀਕ ਹੈ ਵੀਰੇ, ਤੇ ਮਿੱਤਰੋ ਪਹਿਲੀ ਘੋੜੀ ਹੈ ਬਾਈਆਂ ਦੀ ਇਹ, ਤੇ ਪਹਿਲਾਂ ਇੱਥੋਂ ਸ਼ੁਰੂ ਕਰਿਆ ਸੀ ਬਾਈਆਂ ਨੇ ਕੰਮ, ਤੇ ਹੁਣ ਤਾਂ ਕਾਫੀ ਜਾਨਵਰ ਹੋ ਗਏ ਬਾਈਆਂ ਦੇ ਫਾਰਮ ਤੇ, ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਅੱਗੇ। ਮੁੱਢ ਘੋੜੀ ਬਾਈਆਂ ਦੀ? ਘੋੜੀ ਮੁੱਢ ਆ ਮਿੱਤਰੋ, ਇੱਥੋਂ ਕੰਮ ਸਟਾਰਟ ਹੋਇਆ ਹੋਇਆ ਬਾਈਆਂ ਦਾ। ਤੇ ਇੱਕ ਬਾਈ ਘੋੜੇ ਦੀ ਗੱਲ ਕਰਦੇ ਸੀ, ਕੀ ਨਾਮ ਲੈਤਾ ਸੀ ਬਾਈ? ਐਟਲਸ। ਐਟਲਸ, ਨੀਲੀ ਚੰਬੀ ਘੋੜੀ ਆ ਮਿੱਤਰੋ, ਤੇ ਜਮਾ ਸਪੋਟਲੈਸ ਨੁਕਰੇ ਬੱਚੇ ਲਾਉਂਦੀ ਆ। ਤੇ ਦੂਜੇ ਜਾਨਵਰ ਵੇ ਆਹ ਆ ਗਏ ਬਾਈਆਂ ਦੇ, ਤੇ ਆਹ ਨੁਕਰਾ ਬਛੇਰਾ ਹੈਗਾ ਬਾਈਆਂ ਕੋਲੇ। ਤੇ ਠੰਡ ਦਾ ਟਾਈਮ ਆ ਮਿੱਤਰੋ, ਨਵਾਏ ਨਹੀਂ ਗਏ, ਤੁਹਾਨੂੰ ਪਤਾ ਹੀ ਆ ਨਾ ਹੁਣ ਟਾਈਮ ਹੁੰਦਾ ਨਹੀਂ ਠੰਡ ਦਾ, ਤਾਂ ਕਰਕੇ ਜਾਨਵਰ ਨਵਾਏ ਨਹੀਂ ਜਾਂਦੇ, ਲਿਬੜੇ ਪਏ ਥੋੜ੍ਹੇ ਜੇ। ਤੇ ਬਾਈਆਂ ਕੋਲੇ ਆਹ ਜਾਨਵਰ ਨੇ ਦੂਜੇ, ਇਹ ਬਛੇਰਾ ਹੈਗਾ, ਤੇ ਆਹ ਵੀਰੇ ਇਹ ਵੀ ਬਛੇਰਾ, ਤੇ ਆਹ ਵੀ ਬਾਈਆਂ ਕੋਲੇ ਬਛੇਰਾ, ਇਹ ਵੀ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ। ਬਾਕੀ ਆਪਾਂ ਵੀਡੀਓ 'ਚ ਨੰਬਰ ਬੋਲਤਾ, ਅਤੇ ਉਹਦੇ 'ਚ ਤੁਸੀਂ ਬਾਕੀ ਡਿਟੇਲ ਲੈਣੀ ਹੋਵੇ ਆਪਾਂ ਤੁਹਾਨੂੰ ਜਾਨਵਰ ਦਿਖਾ ਦਿੰਦੇ ਹਾਂ ਸਾਰੇ। ਕਿਸੇ ਵੀ ਜਾਨਵਰ ਦੀ ਕੋਈ ਸਮਾਰ ਕੇ ਚੰਗੀ ਤਰ੍ਹਾਂ ਪੁੱਛਣਾ ਹੋਵੇ ਤਾਂ ਫੋਨ 'ਤੇ ਕੰਟੈਕਟ ਕਰ ਲਿਓ। ਅਤੇ ਨੰਬਰ ਬਾਈ ਇੱਕ ਵਾਰ ਹੋਰ ਬੋਲ ਦਿਓ। ਨੰਬਰ ਹੈਗਾ ਬਈ 97 8 1 54 48। 5148, 97 8 1 54 48। ਬਾਈਆਂ ਨੇ ਨੰਬਰ ਬੋਲਤਾ, ਅਤੇ ਆ ਜਾਓ ਹੁਣ ਤੁਹਾਨੂੰ ਅੱਗੇ ਅਗਲੇ ਜਾਨਵਰ ਕੋਲੇ ਲੈ ਕੇ ਚੱਲਦੇ। ਤੇ ਹਾਂਜੀ ਮਿੱਤਰੋ, ਅਗਲੇ ਜਾਨਵਰ ਹੁਣ ਪਹੁੰਚ ਗਏ ਆ, ਤੇ ਬਾਈਆਂ ਕੋਲੇ ਕਾਫੀ ਘੋੜੀ ਆ ਬਾਈ, ਕੀ ਨਾਂ ਇਹਦਾ? ਇਹਦਾ ਨਾਂ ਹੈਗਾ ਬਈ ਜੁਗਨੀ। ਅੱਛਾ, ਜੁਗਨੀ ਨਾਂ ਵੀਰੇ ਦਾ। ਤੇ ਕੱਦ ਕਿੰਨਾ ਵੀਰੇ ਦਾ? ਕੱਦ ਵੀਰੇ ਇਹਦਾ 62+ ਹੈਗਾ। 62+ ਕੱਦ ਆ, ਠੀਕ ਹੈ ਵੀਰੇ। ਆਪਣਾ ਇਹਨੇ ਸ਼ੋਅ ਵੀ ਪਹਿਨ ਵੀ ਕੀਤਾ ਵੀ ਕੋਈ? ਹਾਂ, ਸ਼ੋਅ ਵੀ ਪਹਿਨ ਵੀ। ਠੀਕ ਹੈ ਜੀ, ਤੇ ਆਹ ਜਿਹੜੇ ਮਗਰ ਇਹਦੇ, ਬਛੇਰਾ ਕਿ ਬਛੇਰੀ ਹੈ? ਇਹ ਬਛੇਰੀ ਹੈ। ਅੱਛਾ, ਬਛੇਰੀ ਹੈ ਬਈ। ਹਾਂ, ਠੀਕ ਹੈ। 3 ਮਹੀਨਿਆਂ ਦੀ ਬਈ? 3 ਮਹੀਨਿਆਂ ਦੀ ਬਛੇਰੀ ਹੈ ਜੀ। ਤੇ ਆਪਣਾ ਕਿੰਨਵਾਂ ਸੂਆ ਵੀਰੇ ਆਪਣੇ ਕੋਲ ਇਹਦਾ? ਕੋਈ ਤੀਜਾ ਬਈ ਆਪਣੇ ਕੋਲ ਇਹ। ਇੱਕ ਸੂਆ ਪਹਿਲਾਂ ਸੀ ਉਧਰ, ਆਪਾਂ ਲਿਆਂਦੀ ਸੀ ਵੀਰੇ। ਅੱਛਾ ਜੀ, ਹਾਂ ਵੀਰੇ, ਠੀਕ ਹੈ, ਤੀਜਾ ਸੂਆ ਦਾ? ਹਾਂ, ਤੀਜਾ। ਤੇ ਰਿਜ਼ਲਟ ਤਾਂ ਚੰਗੇ ਦੇ ਰਹੀ ਹੈ, ਬਾਕੀ ਉਹ ਘੋੜੀ ਰਾਈਡਿੰਗ ਰੂਡਿੰਗ ਕਰਾਉਂਦੀ ਵੀਰੇ? ਹਾਂ ਹਾਂ ਬਈ, ਰਾਈਡਿੰਗ ਵਾਲੀ। ਅੱਛਾ, ਰਾਈਡਿੰਗ ਕਰਦੇ ਹੋ ਤੁਸੀਂ? ਹਾਂ, ਠੀਕ ਹੈ ਵੀਰੇ। ਤੇ ਮਿੱਤਰੋ ਥੋੜ੍ਹੀ ਜਿਹੀ ਅਗਰੈਸਿਵ ਆ ਗਈ, ਬਛੇਰੀ ਕਰਕੇ ਕਰ ਰਹੀ ਹੈਗੀ। ਤੇ ਜਿਵੇਂ ਕਿ ਮਿੱਤਰੋ ਤੁਹਾਨੂੰ ਦੱਸਿਆ ਸੀਗਾ, ਬਾਈਆਂ ਕੋਲ ਕਾਫੀ ਵਰਾਇਟੀਆਂ ਨੇ, ਇਹਨਾਂ 'ਚੋਂ ਇੱਕ ਆਹ ਗੀ, ਤੇ ਇਹ ਪਹਾੜੀ ਬੱਕਰੇ ਵੀਰੇ? ਪਹਾੜੀ ਬੱਕਰੇ ਨੇ, ਇੱਕ ਇਹਨਾਂ 'ਚੋਂ ਬੱਕਰੀ ਹੈ ਅਤੇ 2 ਬੱਕਰੇ ਨੇ, ਜਿਵੇਂ ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਇਹਦੇ ਦਾੜੀ, ਦੇਖੋ ਮਿੱਤਰੋ ਧਿਆਨ ਨਾਲ ਕਿੰਨੀ ਜੱਚਦੀ ਆ। ਅਤੇ ਇੱਕ ਬੱਕਰਾ ਇੱਧਰ ਖੜਾ ਮਿੱਤਰੋ, ਅਤੇ ਆਹ ਵੀਰੇ ਸੂਣ ਵਾਲੀ ਹੈ। ਠੀਕ ਹੈ, ਕਿੰਨਾ ਟਾਈਮ ਰਹੇਗਾ ਵੀ ਇਹਦਾ? 15-20 ਦਿਨ ਰਹਿ ਗਏ। ਤੇ ਆਪਣਾ ਇਹਨਾਂ ਦੇ ਬੱਚੇ ਬੱਚੇ ਸੇਲ ਕਰਦੇ ਨੇ ਤੁਸੀਂ? ਨਹੀਂ ਨਹੀਂ, ਇਹ ਤਾਂ ਰੱਖਦੇ ਨੇ। ਅੱਛਾ, ਇਹ ਊਂ ਰੱਖੇ ਹੋਏ ਨੇ? ਹਾਂ, ਦੇਖ ਸਕਦੇ ਹੋ ਮਿੱਤਰੋ, ਇਹ ਊਂ ਰੱਖੀ ਹੋਈ ਵਰਾਇਟੀ। ਤੇ ਕਬੂਤਰ ਕਬਾਤਰ ਵੀ ਰੱਖੇ ਹੋਏ ਬਾਈਆਂ ਦੇ ਵਾਹਵਾ ਨੇ ਇੱਧਰ। ਤੇ ਚਲੋ ਅੱਗੇ ਚੱਲਦੇ ਹਾਂ, ਅਗਲੇ ਜਾਨਵਰ ਵੱਲ ਆ ਗਏ, ਦਿਖਾਉਣਾ ਤੁਹਾਨੂੰ ਹੋਰ ਕੀ ਆ। ਲੈ ਵੀ ਮਿੱਤਰੋ, ਇੱਕ ਚੀਜ਼ ਬਾਈਆਂ ਕੋਲੇ ਆਹ ਰੱਖੀ ਹੋਈ ਆ, ਇਹ ਕੀ ਵੀਰੇ, ਕੀ ਨਾਂ ਇਹਦਾ? ਬੱਤਖ ਹੈ। ਆ ਜਾਓ ਮਿੱਤਰੋ, ਹੋਰ ਘੋੜੇ ਦਿਖਾਉਣਾ ਤੁਹਾਨੂੰ ਅੱਗੇ ਦੇ ਬਾਈਆਂ ਦੇ ਇੱਧਰ ਖੜੇ ਨੇ।
ਲੈ ਵੀ ਮਿੱਤਰੋ ਹੋਰ ਜਾਨਵਰ ਬਾਈਆਂ ਦੇ ਜਿਵੇਂ ਦਿਖਾਈਏ ਤੁਹਾਨੂੰ ਆਹ ਘੋੜੇ ਦਾ ਰਿਜ਼ਲਟ ਹੈਗਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਛੇਰੀ ਹੈ ਇਹਦੀ ਉਹ ਘੋੜੇ ਦੀ ਮੱਥੇ ਫੁੱਲ ਆਇਆ ਇਹਦੇ ਅਤੇ ਘੋੜੇ ਦਾ ਨਾਂ ਜਿਵੇਂ ਦੱਸਿਆ ਤੁਹਾਨੂੰ ਐਟਲਸ ਆ ਉਹ ਵੀ ਤੁਹਾਨੂੰ ਐਂਡ 'ਤੇ ਦਿਖਾਵਾਂਗੇ ਚੰਗੀ ਤਰ੍ਹਾਂ ਅਤੇ ਇਹ ਦੇਖੋ ਤੁਸੀਂ ਬਛੇਰੀ ਕਿਹੋ ਜਿਹੀ ਆਈ ਆ ਬਹੁਤ ਚੰਗੀ ਬਛੇਰੀ ਹੈਗੀ ਆ ਬਹੁਤ ਵਧੀਆ ਰਿਜ਼ਲਟ ਆ ਜਿਵੇਂ ਤੁਸੀਂ ਕਹਿ ਸਕਦੇ ਹੋ ਕੰਨ ਕਣੌਤੀ ਦੇਖੋ ਤੁਸੀਂ ਪੂਰੀ ਕੁੰਡੀ ਵਾਲੇ ਕੰਨ ਨੇ ਤੇ ਆ ਜਾਓ ਮਿੱਤਰੋ ਤੁਹਾਨੂੰ ਹੋਰ ਵੀ ਦਿਖਾ ਦਿੰਦੇ ਜਾਨਵਰ ਤੇ ਕਾਹ ਬਾਈਆਂ ਕੋਲੇ ਤੇ ਆਹ ਵੀਰੇ ਬਛੇਰੀ ਆ ਬਛੇਰਾ ਇਹ ਬਛੇਰੀ ਆ ਇੱਕ ਮਿੱਤਰੋ ਆਹ ਬਛੇਰੀ ਆ ਕਾਲੀ ਚੰਬੀ ਬਾਈਆਂ ਕੋਲੇ ਤੇ ਇੱਕ ਆਹ ਇਹ ਬਛੇਰਾ ਮਿੱਤਰੋ ਇਹ ਵੀ ਚੰਬਾ ਹੈਗਾ ਤੇ ਜਿਹੜੇ ਚੰਬੇ ਆ ਮਿੱਤਰੋ ਇਹ ਦੋਵੇਂ ਸ਼ੇਲ ਨੇ ਆਹ ਬਛੇਰਾ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਉਹ ਬਛੇਰੀ ਆ ਤੇ ਕੰਟੈਕਟ ਨੰਬਰ ਆਪਾਂ ਦੇ ਦਿੱਤਾ ਤੁਹਾਨੂੰ ਵੀਡੀਓ 'ਚ ਜਿਹਨੇ ਲੈਣਾ ਹੋਵੇ ਤੇ ਬਾਈਆਂ ਨੂੰ ਕਾਲ ਕਰ ਲਿਓ ਇੱਕ ਘੋੜੀ ਆਹ ਖੜੀ ਹੈ ਮਿੱਤਰੋ ਤੇ ਇਹ ਗੱਬਣ ਆ ਹਨਾ ਬਾਈ ਤੇ ਇਹਦੀ ਉਮਰ ਕਿੰਨੀ ਆ ਬਾਈ ਅੱਛਾ ਤੇ ਮਿੱਤਰੋ ਆਹ ਵੀ ਘੋੜੀ ਗੱਬਣ ਆ ਬਾਈਆਂ ਕੋਲ ਇੱਕ ਇਹ ਹੈਗੀ ਤੇ ਇੱਕ ਤੁਹਾਨੂੰ ਹੋਰ ਦਿਖਾਉਣੇ ਘੋੜੀ ਆਹ ਦੇਖੋ ਤੁਸੀਂ ਇਹਦਾ ਕੱਦ ਬਾ ਕਮਾਲ ਹੀ ਆ ਬਹੁਤ ਵੱਡਾ ਕੱਦ ਦੀ ਘੋੜੀ ਇਹ 65+ ਕੱਦ ਹੋਣਾ ਇਹਦਾ ਘੋੜੀ ਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਉਮਰ ਵੀਰੇ ਕਿੰਨੀ ਆ ਇਹਦੀ ਉਮਰ ਹੈਗੀ ਆ ਵੀਰੇ 4 ਸਾਲ ਅੱਛਾ 4 ਸਾਲ ਉਮਰ ਆ ਮਿੱਤਰੋ ਤੇ ਪਹਿਲੀ ਵਾਰੀ ਇਹਨੇ ਸੁਣਾ ਗਾ ਗੱਬਣਾ ਇਹ ਤੇ ਕਿੰਨੇ ਕੁ ਟਾਈਮ ਦੀ ਗੱਬਣਾ ਵੀਰੇ ਇਹ ਵੀਰੇ 7 ਮਹੀਨਿਆਂ ਦੀ ਗੱਬਣਾ ਅੱਛਾ 7 ਮਹੀਨਿਆਂ ਦੀ ਗੱਬਣਾ ਮਿੱਤਰੋ ਦੇਖ ਸਕਦੇ ਹੋ ਬਹੁਤ ਚੰਗੇ ਬਾਡੀ ਬਣਤਰ ਆ ਘੋੜਿਆਂ ਵਾਲਾ ਬਾਡੀ ਬਣਤਰ ਲੱਗਿਆ ਹੈਗਾ ਇਹਦੇ ਤੇ ਬਹੁਤ ਵੱਡਾ ਕੱਦ ਆ ਘੋੜੀ ਦਾ ਕੰਨ ਕਣੌਤੀ ਬਹੁਤ ਚੰਗੀ ਹੈਗੀ ਕਿਸੇ ਪਾਸੋਂ ਘਾਟ ਨਹੀਂ ਘੋੜੀ 'ਚ ਬਹੁਤ ਹੀ ਚੰਗੀ ਅਤੇ ਸਾਊ ਸੀਲ ਘੋੜੀ ਹੈ ਜਿਵੇਂ ਤੁਸੀਂ ਸ਼ੇਪ ਦੇਖ ਸਕਦੇ ਹੋ ਇੰਨੀਆਂ ਘੋੜੀਆਂ 'ਚ ਖੁੱਲ੍ਹੀ ਫਿਰਦੀ ਆ ਕੁਛ ਨਹੀਂ ਕਹਿੰਦੀ ਇਹਨਾਂ ਨੂੰ ਇਹਨਾਂ ਨਾਲ ਖੁੱਲ੍ਹੀ ਰਹਿੰਦੀ ਆ ਹਰ ਵਕਤ ਖੁੱਲ੍ਹੀ ਰਹਿੰਦੇ ਵੀਰੇ ਹਰ ਅੱਛਾ ਅਤੇ ਬਹੁਤ ਵੱਡਾ ਕੱਦ ਆ ਮਿੱਤਰ ਘੋੜੀ ਦਾ ਅਤੇ ਮਿੱਤਰੋ ਇੱਕ ਆਹ ਕੁੱਤਾ ਬਾਈਆਂ ਕੋਲੇ ਅਤੇ ਇਹਦਾ ਕੱਦ ਦੇਖੋ ਤੁਸੀਂ ਬਹੁਤ ਵੱਡਾ ਕੱਦ ਹੈਗਾ ਅਤੇ ਬਾਈ ਕਿਹੜੀ ਨਸਲ ਹੈ ਇਹ ਪਾਕਿਸਤਾਨੀ ਬੁਲੀ ਪਾਕਿਸਤਾਨੀ ਬੁਲੀ ਹੈਗਾ ਅਤੇ ਆਪਣੇ ਕੋਲੇ ਬਾਈ ਇਹ ਵੀ ਕਾਫੀ ਟਾਈਮ ਦਾ ਕਾਫੀ ਟਾਈਮ ਦਾ ਅਤੇ ਇੱਕ ਬਾਈ ਇਹ ਲਿੱਸਾ ਜਿਹਾ ਕਾਹਦੇ ਲਈ ਕੀ ਹੋ ਗਿਆ ਇਹਨੂੰ ਲਿੱਸਾ ਜਿਹਾ ਬਾਈ ਬਿਮਾਰ ਹੋ ਗਿਆ ਜੀ ਅੱਛਾ ਬਿਮਾਰ ਹੋ ਗਿਆ ਸੀਗਾ ਅਤੇ ਮਿੱਤਰੋ ਕੱਦ ਬਹੁਤ ਵੱਡਾ ਇਹਦਾ ਕੇਰਾਂ ਦਾ ਜਦੋਂ ਅਸੀਂ ਫਾਰਮ 'ਚ ਬੜੇ ਇਹਨੂੰ ਦੇਖ ਕੇ ਗਾਹੀ ਲੰਘ ਗਏ ਸੀ ਕਿਉਂਕਿ ਡਰਾਉਂਦਾ ਇੱਕ ਤਰ੍ਹਾਂ ਇਹ ਬੰਦੇ ਨੂੰ ਜਦੋਂ ਉਹ ਵੀ ਹੋ ਜਾਂਦਾ ਇੱਥੇ ਅਤੇ ਊਂ ਕਹਿੰਦਾ ਕੁਛ ਨਹੀਂ ਸਾਊ ਸੀਲ ਬਹੁਤ ਹੈਗਾ ਥੋੜ੍ਹਾ ਜਿਹਾ ਬਿਮਾਰ ਹੋਇਆ ਹੈਗਾ ਤੇ ਮਿੱਤਰੋ ਆਹ ਘੋੜਾ ਬਾਈਆਂ ਕੋਲੇ ਜਿਹਦਾ ਨਾਂ ਹੈਗਾ ਐਟਲਸ ਤੇ ਸਟੱਡ ਸਰਵਿਸ ਲਈ ਰੈਡੀ ਹੈਗਾ ਤੇ ਫੀਸ ਵੀ ਬਾਈ ਨੇ ਤੁਹਾਨੂੰ ਬੋਲਤੀ 11,000 ਫੀਸ ਵੀਰੇ 11,000 ਫੀਸ ਆ ਤੇ ਅਲੀਸ਼ਾਨ ਲੈਣ ਦਾ ਹਨਾ ਵੀਰੇ ਤੇ 64+ ਮਿੱਤਰੋ ਇਹਦਾ ਕਰਦਾ ਘੋੜੇ ਦਾ ਤੁਹਾਨੂੰ ਦਿਖਾ ਦਿੰਦਾ ਸਾਰਾ ਅੱਗੇ ਪਿੱਛੋਂ ਕਿਸੇ ਨੇ ਵੀ ਨੇੜੇ ਤੇੜੇ ਸਰਵਿਸ ਲੈਣੀ ਹੋਵੇ ਤਾਂ ਬਾਈਆਂ ਨੂੰ ਕੰਟੈਕਟ ਕਰ ਲਿਓ ਫੋਨ ਨੰਬਰ ਵੀ ਆਪਾਂ ਬੋਲਤਾ ਬਈ ਇੱਧਰੋਂ ਮੋੜ ਲਿਆ ਬਈ ਐਂ ਲਿਆ ਕੇ ਇੱਥੇ ਖੜਾ ਬਈ ਇੱਕ ਮਿੰਟ ਲੈ ਵੀ ਮਿੱਤਰੋ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਘੋੜੇ ਨੂੰ ਅਤੇ ਬਾਕੀ ਆਪਾਂ ਇਹਦੀ ਸਵਾਰੀ ਵੀ ਕਰਕੇ ਦੇਖਾਂਗੇ ਬਹੁਤ ਚੰਗਾ ਘੋੜਾ ਲਾਇਨ ਦਾ ਘੋੜਾ ਗਾ ਤੇ ਰਿਜ਼ਲਟ ਵੀ ਬਹੁਤ ਚੰਗਾ ਗਾ ਤੇ ਸਾਊ ਸੀਲ ਵੀ ਬਹੁਤ ਚੰਗਾ ਗਾ ਤੇ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੈ ਨਾ ਫਾਰਮ 'ਤੇ ਆਏ ਹਾਂ ਬਾਈਆਂ ਦੇ ਅਤੇ ਹੁਣ ਇੱਕ ਰਾਈਡ ਵੀ ਲੈ ਕੇ ਦੇਖਦੇ ਆਪਾਂ ਘੋੜੇ ਦੀ ਅਤੇ ਬਾਈ ਨੇ ਗੱਦੀ ਗੁੱਦੀ ਕਸਤੀ ਅਤੇ ਦੇਖੋ ਤੁਸੀਂ ਮਾਰਦਾ ਲਿਸ਼ਕਾਂ ਅਤੇ ਅੱਗੇ ਲਿਜਾਂਦੇ ਹਾਂ ਰਾਈਡ ਰੂਡ ਕਰਦੇ ਇਹਦੀ ਅਤੇ ਦੇਖਦੇ ਹਾਂ ਤੁਹਾਨੂੰ ਅੱਗੇ ਤੁਸੀਂ ਦੇਖਿਓ ਘੋੜੇ ਦੀ ਰਾਈਡ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਆਹ ਵਧੀਆ ਆਹ ਵਧੀਆ
ਪਿੱਛੇ ਹੱਥ ਮਾਰ ਕਿੱਧਰ ਪੈਂਦਾ ਗਿੱਲੀ ਆ ਕਣਕ ਲੈ ਵੀ ਮਿੱਤਰੋ ਦੇਖੋ ਘੋੜੇ ਨੂੰ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਅਤੇ ਫੀਸ ਵੀ ਬਾਈਆਂ ਨੇ ਜਾਇਜ਼ ਹੀ ਰੱਖੀ ਹੈ ਘੋੜੇ ਦੀ ਨਹੀਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਮਾਰਵਾੜੀਆਂ ਦੀ ਫੀਸ 21,000-31,000 ਤੋਂ ਸ਼ੁਰੂ ਹੁੰਦੀ ਹੈ ਅਤੇ ਬਾਈਆਂ ਨੇ ਨੁਕਰਿਆਂ ਦੇ ਬਰਾਬਰ ਹੀ ਫੀਸ ਰੱਖੀ ਆ ਜੇ ਕਿਸੇ ਨੇ ਸਰਵਿਸ ਲੈਣੀ ਹੋਵੇ ਨੰਬਰ ਆਪਾਂ ਬਹੁਤ ਵਾਰ ਬੋਲਤਾ ਵੀਡੀਓ 'ਚ ਅਤੇ ਬਾਈਆਂ ਨੂੰ ਕੰਟੈਕਟ ਜ਼ਰੂਰ ਕਰਿਓ ਬਾਕੀ ਤੁਸੀਂ ਘੋੜੇ ਨੂੰ ਅੱਗੇ ਪਿੱਛੋਂ ਦੇਖ ਲਓ ਹਾਂਜੀ ਮਿੱਤਰੋ ਅਤੇ ਵੀਡੀਓ ਤੁਸੀਂ ਸਾਰੀ ਦੇਖ ਹੀ ਲਈ ਆ ਅਤੇ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਅਤੇ ਜਿਹੜਾ ਕੋਈ ਤੁਹਾਨੂੰ ਨੁਕਸ ਲੱਗਿਆ ਵੀਡੀਓ 'ਚ ਕਮੀ ਲੱਗੀ ਕਮੀ ਪੇਸ਼ੀ ਹੋਈ ਕੁਛ ਸਾਨੂੰ ਦੱਸ ਦਿਓ ਅਗਾਹਾਂ ਤੁਸੀਂ ਲੋਡ ਕਰ ਦਾਂਗੇ ਅਤੇ ਬਾਈ ਤੁਹਾਡਾ ਧੰਨਵਾਦ ਜੀ ਟਾਈਮ 'ਚੋਂ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ ਵੀਡੀਓ ਬਣਾਉਣ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਅਤੇ ਬਾਕੀ ਮਿੱਤਰੋ ਤੁਹਾਨੂੰ ਸਾਰੀ ਜਾਨਵਰ ਇੱਕ ਵਾਰ ਬਾਈਆਂ ਨੇ ਦਿਖਾ ਤੇ ਅਤੇ ਸੇਲ ਲਈ ਵੀ ਨੇ ਦੋ ਤਿੰਨ ਜਾਨਵਰ ਉਹ ਵੀ ਤੁਹਾਨੂੰ ਨੰਬਰ 'ਤੇ ਪੁੱਛ ਲਿਓ ਬਾਈਆਂ ਨੂੰ ਫੋਨ ਕਰਕੇ ਵੀ ਕੀ ਰੇਟ ਹੈਗਾ ਅਤੇ ਘੋੜਾ ਵੀ ਤੁਹਾਨੂੰ ਦਿਖਾ ਤਾ ਘੋੜਾ ਬਹੁਤ ਚੰਗਾ ਘੋੜਾ ਹੈਗਾ ਅਤੇ ਸਰਵਿਸ ਕਿਸੇ ਨੇ ਵੀ ਲੈਣੀ ਹੋਵੇ ਮੇਰੇ ਵੀਰ ਨੇ ਠੀਕ ਹੈ ਨਾ ਅਤੇ ਬਾਈਆਂ ਨੂੰ ਕੰਟੈਕਟ ਕਰ ਲਿਓ ਫੀਸ ਫੂਸ ਵੀ ਆਪਾਂ ਦੱਸਤੀ ਅਤੇ ਨੰਬਰ ਵੀ ਬਾਈਆਂ ਦਿੱਤਾ ਹੋਇਆ ਹੈਗਾ ਅਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਇਹ ਤਾਂ ਥੋੜ੍ਹਾ ਜ਼ਰੂਰੀ ਆ ਕਰ ਹੀ ਦਿਓ ਛੇਤੀ ਛੇਤੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।